ਪਹਿਲਾਂ ਤਾਂ ਤੁਹਾਡਾ ਚੈਨਲ ਦਾ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਜਗਜੀਤ ਸਿੰਘ ਪਿੰਟਾ ਸੀ, ਮੈਂ ਪਾਰਟੀ ਦੇ ਦਫ਼ਤਰ ਦਾ ਇੰਚਾਰਜ ਥਾਪਿਆ ਗਿਆ ਜ਼ਿਲ੍ਹਾ ਗੁਰਦਾਸਪੁਰ ਤੋਂ, ਅਤੇ ਮੈਨੂੰ ਪਾਰਟੀ ਨੇ ਜੋ ਮੇਰੇ 'ਤੇ ਜ਼ਿੰਮੇਵਾਰੀ ਦਿੱਤੀ ਆ, ਮੈਂ ਉਹਨੂੰ ਤਨ ਦੇ ਵੀ ਔਰ ਪੂਰੇ ਵਿਸ਼ਵਾਸ ਨਾਲ ਨਿਭਾਵਾਂਗਾ, ਕਿਉਂਕਿ ਮੈਂ ਪਾਰਟੀ ਨਾਲ ਇੱਕ ਦਹਾਕੇ ਤੋਂ ਜੁੜਿਆ। ਪਾਰਟੀ ਦਾ ਮੈਂ ਪੂਰਾ ਪਿਛਲੇ ਜੋ ਮੇਰਾ ਰਿਕਾਰਡ ਸੀਗਾ, ਪਾਰਟੀ ਨੇ ਮੈਨੂੰ ਵੇਖਿਆ ਔਰ ਮੈਨੂੰ ਇਸ ਅਹੁਦੇ ਨਾਲ ਨਿਵਾਜਿਆ। ਮੈਂ ਹਾਈ ਕਮਾਂਡ ਦਾ ਤਹਿ ਦਿਲੋਂ ਸ਼ੁਕਰੀਆ ਕਰਦਾ ਵੀ ਮੈਨੂੰ ਇਸ ਅਹੁਦੇ 'ਤੇ ਨਿਵਾਜ ਕੇ ਮੇਰਾ ਮਾਣ ਸਰ ਵਧਾਇਆ। ਨਹੀਂ ਪਤਾ ਕੀ ਚੱਕਰ ਆ, ਹੁਣ ਮਾਣ ਸਨਮਾਨ ਤਾਂ ਸਾਰਿਆਂ ਨੂੰ ਮਿਲਦਾ, ਇਹ 'ਚ ਕੋਈ ਸ਼ੱਕ ਨਹੀਂ ਵੀ ਕਿਸੇ ਨੂੰ ਨਹੀਂ ਮਿਲਿਆ, ਕਿਸੇ ਨੂੰ ਨਹੀਂ ਮਿਲਦਾ। ਇਹ ਵੀ ਪਾਰਟੀ ਦਾ ਮੇਰਾ ਜੋ ਮੇਰਾ ਆਪਣੀ ਸੋਚ ਆ, ਮੈਂ ਨਾ ਜਦੋਂ ਪਾਣੀ ਖਲੋ ਜਾਂਦਾ ਉਦੋਂ ਬੋ ਮਾਰਦਾ, ਮੈਂ ਇੱਕ ਦਹਾਕੇ ਤੋਂ ਪੂਰੀ ਤਰ੍ਹਾਂ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜਿਹਾ ਕੰਮ ਕਰਦਾ ਰਿਹਾ। ਕੋਈ ਵੀ ਇਹੋ ਜਿਹੀ ਐਜੂਕੇਸ਼ਨ ਨਹੀਂ ਸੀਗੀ ਜਿਹ 'ਚ ਮੈਂ ਸਾਥ ਨਹੀਂ ਦਿੱਤਾ ਪਾਰਟੀ ਦਾ। ਮੈਂ ਬਾਕੀ ਵੀ ਉਮੀਦਵਾਰਾਂ ਜਿਹੜੇ ਮੇਰੇ ਪਾਰਟੀ ਦੇ ਨਾਲ ਜੁੜੇ ਬੰਦੇ ਆ, ਜਿਹੜੇ ਦਹਾਕਿਆਂ ਦੇ ਜੁੜੇ ਆ, ਮੈਂ ਉਹਨਾਂ ਨੂੰ ਵਿਸ਼ਵਾਸ ਦਿੰਦਾ ਜੀ ਪਾਰਟੀ ਤੁਹਾਡਾ ਕਦੀ ਵੀ ਕੋਈ ਕੰਮ ਇਹ ਨਹੀਂ ਵੀ ਨਹੀਂ ਵੇਖਦੀ, ਪਾਰਟੀ ਹਰੇਕ ਦਾ ਕੰਮ ਵੇਖਦੀ ਆ। ਹਾਂ, ਸਮਾਂ ਆਉਣ 'ਤੇ ਹਰੇਕ ਬੰਦੇ ਨੂੰ ਐਡਜਸਟ ਪਾਰਟੀ ਕਰਕੇ ਪਾਰਟੀ ਦੇ ਫੈਸਲੇ ਆਏ ਪਾਰਟੀ ਨਾਲ। ਇੱਕ ਮੈਂ ਹੋਰ ਤੁਹਾਨੂੰ ਦੱਸ ਲਿਆ, ਪਾਰਟੀ ਆਪਣੇ ਪੁਰਾਣੇ ਵਰਕਰਾਂ ਨੂੰ ਬਹੁਤ ਦੂਰੀ ਬਹੁਤ ਨਜ਼ਦੀਕੀ ਤੋਂ ਵੇਖਣ ਦੀ ਆ। ਮੈਂ ਆਪਣੇ ਸਾਰੇ ਵਲੰਟੀਅਰਾਂ ਨੂੰ ਜਿਹੜੇ ਮੇਰੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਚੱਲੇ ਸੀਗੇ ਜਾਂ ਜ਼ਿਲ੍ਹੇ ਵਿੱਚ ਚੱਲੇ ਸੀਗੇ, ਹਰੇਕ ਨੂੰ ਪਾਰਟੀ ਦਾ ਪਤਾ, ਪਾਰਟੀ ਸਮੇਂ ਸਮੇਂ 'ਤੇ ਨਵੋਦਿਆਂ ਨਾਲ ਨਵਾਜੇਗੀ। ਹਾਂਜੀ, 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 ਆਹ ਤਾਂ ਮੇਰਾ ਖਿਆਲ ਵੀ ਅਸੀਂ ਤਾਂ 8-9 ਕੈਂਪ ਤਾਂ ਗੁਰਦਾਸਪੁਰ 'ਚ ਲਾ ਚੁੱਕੇ ਹਾਂ। ਸਰਕਾਰ ਘਰ ਘਰ ਤੁਹਾਡੇ ਦੁਆਰ ਜਾ ਕੇ ਪੁੱਛੋ, ਮੁਹੱਲਿਆਂ 'ਚ ਪੁੱਛੋ, ਪਿੰਡਾਂ 'ਚ ਪੁੱਛੋ, DC ਤੱਕ ਤੁਹਾਡੇ ਮੁਹੱਲਿਆਂ 'ਚ ਆ ਰਹੇ ਆ, ਤਹਿਸੀਲਦਾਰ ਤੁਹਾਡੇ ਮੁਹੱਲਿਆਂ 'ਚ ਆ ਰਹੇ ਆ, ਸਰਕਾਰੀ ਮੁਲਾਜ਼ਮ ਜਿਹੜੇ ਮਹਿਕਮੇ ਦੱਸਣ ਤੁਹਾਡੇ ਮੁਹੱਲਿਆਂ 'ਚ ਆ ਰਹੇ ਆ। ਇਹ ਤਾਂ ਗੱਲ ਹੀ ਗਲਤ ਆ ਵੀ ਉਹਨੇ ਵਿਰੋਧੀਆਂ ਨੂੰ ਕੰਮ ਹੀ ਕੋਈ ਨਹੀਂ ਭਾਰੀ, ਵਿਰੋਧੀਆਂ ਦਾ ਤਾਂ ਕੰਮ ਹੀ ਕਹਿਣਾ ਵਿਰੋਧੀਆਂ ਨੇ ਕੀਤਾ ਕੀ ਆ, ਹੈ ਨਾ। ਇਹ ਪਹਿਲੀ ਸਰਕਾਰ ਆ ਜਿਹੜੀ ਗਰੀਬਾਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਆ। ਮੈਂ ਜ਼ਿੰਦਗੀ ਦੇ ਵਿੱਚ ਜਿੰਨੀਆਂ ਸਰਕਾਰਾਂ ਹਟਾਈਆਂ, ਅਕਾਲੀ ਦਲ ਕਾਂਗਰਸ ਕਦੀ ਨਹੀਂ ਕੋਈ ਕਦੀ ਸੁਣਿਆ ਸੀ ਵੀ DC ਮੁਹੱਲੇ ਜਾਣਗੇ ਬਹਿਰੇ, ਕਦੀ ਸੁਣਿਆ ਤਹਿਸੀਲਦਾਰ ਮੁਹੱਲੇ ਜਾਣਗੇ ਬਹਿਰੇ। ਹੁਣ ਤਹਿਸੀਲਦਾਰ DC ਮੁਹੱਲਿਆਂ ਜਾਣਗੇ ਬਹਿੰਦੇ ਆ, ਜਿਹੜੇ ਮਾੜੇ ਬੰਦੇ ਆ ਉਹ ਆਪਣੇ ਮੁਹੱਲਿਆਂ 'ਚ ਆਪ ਕੰਮ ਕਰਾ ਰਹੇ ਆ। ਇਹ ਤਾਂ ਉਲਟੀ ਗੰਗਾ ਵਹਾਈ ਆ ਭਗਵੰਤ ਮਾਨ ਨੇ। ਬਾਕੀ ਵਿਰੋਧੀਆਂ ਨੇ ਤੁਹਾਨੂੰ ਕਹਿਣਾ ਹੀ ਆ, ਉਹਨਾਂ ਤੋਂ ਕੰਮ ਹੀ ਕੋਈ ਨਹੀਂ। ਵਾਰੀ ਜਿਸ ਤਰ੍ਹਾਂ ਅਸੀਂ ਕੰਮ ਦੇ ਆਧਾਰ 'ਤੇ ਵੋਟਾਂ ਮੰਗਣੇ ਆ, ਲੋਕ ਇੰਨੇ ਖੁਸ਼ ਆ, ਜਿਹੜੀ ਸਾਡੀ ਤਬਕਾ ਗਰੀਬ ਤਬਕਾ ਜਿਹਨੂੰ ਕਹਿ ਲਓ ਜਾਂ ਸਾਡੇ ਨਾਲ ਜੁੜਿਆ ਵਾ, ਅਸੀਂ ਵੀ ਉਸ ਕਮਿਊਨਿਟੀ 'ਚ ਆਉਂਦੇ ਹਾਂ, ਗਰੀਬ ਹੀ ਅਸੀਂ ਕਿਹੜਾ ਅਮੀਰ ਹਾਂ, ਕਿਉਂਕਿ ਆਮ ਆਦਮੀ ਪਾਰਟੀ ਚੱਲੀ ਗਰੀਬਾਂ ਤੋਂ ਆ। ਅਸੀਂ ਨਾ ਰੂਟ ਲੈਵਲ 'ਤੇ ਕੰਮ ਕੀਤਾ, ਮੈਂ ਘਰ ਘਰ ਵੀ ਜਾਂਦਾ ਵਾਂ, ਲੋਕ ਇੰਨੇ ਖੁਸ਼ ਆ ਆਮ ਆਦਮੀ ਪਾਰਟੀ, ਉਹ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਪੰਜਾਬ 'ਚੋਂ ਜਿੱਤੇਗੀ। ਜਿਹੜੇ ਵਿਰੋਧੀ ਦੇ ਕਹਿੰਦੇ ਇਹਨਾਂ ਦਾ ਕੰਮ ਹੀ ਕੋਈ ਨਹੀਂ। ਵੇਖੋ ਜੀ, ਆਪਣਾ ਬੰਦਾ ਆਪਣੇ ਨੂੰ ਖਿੱਚਦਾ, ਬਗਾਨੇ ਥੋੜ੍ਹੀ ਖਿੱਚਣਾ ਵਾ, ਉਹਨਾਂ ਨੇ ਕਹਿਣਾ ਕਹਿਣਾ ਉਹ ਤਾਂ ਸ਼ੁਕਰ ਆ ਵੀ ਸਾਨੂੰ ਸੀਟ ਦਾ, ਉਹਨੇ ਕਹਿਣਾ ਉਹ ਤਾਂ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਸੀਟ ਕੋਈ ਨਹੀਂ। ਮੈਂ ਦਾਅਵੇ ਨਾ ਕਹਿੰਦਾ 13 ਸੀਟਾਂ ਪੰਜਾਬ 'ਚੋਂ ਆਮ ਆਦਮੀ, 14 ਸੀਟ ਜਿਹੜੀ ਚੰਡੀਗੜ੍ਹ ਦੀ ਆ ਉਹ ਵੀ ਅਸੀਂ ਖੜਾਂਗੇ। ਕਿੰਨੇ ਇਨਕਾਊਂਟਰ ਹੋਏ ਆ, ਹਾਂਜੀ ਹਾਂਜੀ, ਨਸ਼ਿਆਂ ਦੇ ਇਨਕਾਊਂਟਰ ਹੋ ਰਹੇ ਆ ਨਾ, ਕਿੰਨੇ ਜਾ ਫੜੇ ਆ। ਆਹ ਮੈਂ ਦਾਅਵੇ ਨਾ ਕਹਿੰਦਾ
ਪੰਜਾਂ ਛਿਆਂ ਮਹੀਨਿਆਂ ਦੇ ਵਿੱਚ ਉਹ ਨਸ਼ੇ ਨੂੰ ਪੂਰੀ ਤਰ੍ਹਾਂ ਨੱਥ ਪੈ ਜਾਏਗੀ, ਪੂਰੀ ਤਰ੍ਹਾਂ। ਜੂਸ ਨੂੰ ਇਹੋ ਮੈਂ ਕਹਿੰਦਾ ਵੀ ਨਸ਼ਿਆਂ ਦਾ ਤਿਆਗੋ, ਨਸ਼ਿਆਂ ਨੂੰ ਤਿਆਗੋ। ਸਾਡੀਆਂ ਵੇਖੋ ਜਿਹੜੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਆ, ਸਪੋਰਟਸ ਨੂੰ ਕਿੰਨਾ ਹੁਲਾਰਾ ਦੇ ਰਹੀ ਆ। ਹਾਲੇ ਜਿਹੜੇ ਸਪੋਰਟਸ ਕਰ ਰਹੇ ਅਸੀਂ 10-10 ਲੱਖ, 20-20 ਲੱਖ, 30-30 ਲੱਖ ਦੇ ਰਹੇ ਹਾਂ ਲੋਕਾਂ ਨੂੰ। ਹੁਣ ਸਾਡੀ ਸਪੋਰਟ ਨੂੰ ਬਹੁਤ ਕਰੇਜ਼ ਕਰਦੇ ਆ ਭਗਵੰਤ ਸਿੰਘ ਮਾਨ। ਮੈਂ ਨਸ਼ਿਆਂ ਨੂੰ, ਮੈਂ ਆਪਣੇ ਜਿਹੜੇ ਯੂਥ ਵਿੰਗ ਦੇ ਬੱਚੇ ਆ ਸਾਡੇ, ਉਹਨਾਂ ਨੂੰ ਮੈਂ ਵਾਰ ਵਾਰ ਬੇਨਤੀ ਕਰਨਾ, ਬੱਚਿਓ ਪੜ੍ਹਿਆ ਕਰੋ, ਸਕੂਲ ਜਾਇਆ ਕਰੋ, ਨਸ਼ਿਆਂ ਨੂੰ ਤਿਆਗੋ, ਚੰਗੀ ਸੰਗਤ ਕਰੋ। ਸੰਗਤਾਂ ਦੋ ਤਰ੍ਹਾਂ ਦੀ ਆ, ਕਿ ਮਾੜੀ ਸੰਗਤ ਹੀ ਚੰਗੀ ਆ। ਤੁਸੀਂ ਚੰਗੀ ਸੰਗਤ ਕਰੋ। ਮੈਂ ਦਾਅਵੇ ਨਾਲ ਕਹਿੰਦਾ ਬਾਹਰੋਂ ਬੱਚੇ ਇੱਥੇ ਆ ਰਹੇ ਗੁਰਦਾਸਪੁਰੋਂ, ਮੈਂ ਗੁਰਦਾਸਪੁਰ ਦੇ ਆਪਣੇ ਉਧਾਰ ਰਹੇ ਹਾਂ, ਕੈਨੇਡਾ ਤੋਂ ਦੋ ਬੱਚੇ ਗੁਰਦਾਸ ਇੱਥੇ ਆ ਗਏ ਆ। ਕਹਿੰਦੇ ਮੈਂ ਕਿਉਂ ਆਏ ਹੋ? ਕਹਿੰਦਾ ਸਾਨੂੰ ਨੌਕਰੀ ਮਿਲ ਗਈ। ਮਤਲਬ ਕਿ ਅਸੀਂ ਜੋ ਕਿਹਾ ਉਹ ਕਰਦੇ ਹਾਂ। ਭਗਵੰਤ ਮਾਨ ਸਾਡਾ ਪਹਿਲੀ ਵਾਰੀ ਮੁੱਖ ਮੰਤਰੀ ਮਿਲਿਆ ਜਿਹੜਾ ਏਡਾ ਵਧੀਆ ਸਾਨੂੰ। ਭਈ RSS ਦੀ ਸ਼ੁਰੂ ਤੋਂ ਚੱਲ ਰਹੀ ਆ ਮਨਿਓਰਟੀ ਨੂੰ ਤੰਗ ਕਰਨ ਦੀ, ਮੈਂ ਇਹਦੀ ਘੋਰ ਨਿੰਦਾ ਕਰਨਾ ਵਾਂ। ਮੈਂ ਮਹਾਰਾਸ਼ਟਰ ਸਰਕਾਰ, ਸ਼ਿੰਦੇ ਸਰਕਾਰ ਨੂੰ ਕਹਿਣਾ ਚਾਹੁੰਦਾ ਵਾਂ, ਇਹ 'ਚ ਤਾਂ ਬੰਦ ਕਰੋ। ਜੇ ਸਿੱਖ ਸੀਗੇ ਤਾਂ ਇੰਡੀਆ ਬਚਿਆ ਸੀਗਾ, ਜੇ ਸਿੱਖ ਨਾ ਰਹੇ ਤਾਂ ਇੰਡੀਆ ਵੀ ਨਹੀਂ ਰਹੇਗਾ। ਮੈਂ ਫਿਰ ਬੇਨਤੀ ਕਰਨਾ ਸਰਕਾਰ ਦੇ ਨਾਲ, ਬੰਦ ਕਰ ਦਿਓ, ਇਹ ਤੁਹਾਡੇ ਵਾਸਤੇ ਬਿਲਕੁਲ ਚੰਗਾ ਨਹੀਂ। ਮੈਂ ਘੋਰ ਇਹਦੀ ਨਿੰਦਾ ਕਰਨਾ ਜੋ ਮਹਾਰਾਸ਼ਟਰ ਨੇ ਦੇ ਵਿੱਚ ਕੀਤਾ ਸ਼ਿੰਦੇ ਸਰਕਾਰ ਨੇ।